ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਗੌਰਵ ਸ਼ੁਕਲਾ, ਹਾਜ਼ਰ ਹਾਂ ਪੰਜਾਬ ਲਾਈਵ ਦੇ ਨਾਲ। ਪੰਜਾਬ ਦੀ ਹਰ ਖਬਰ ਦੇ ਨਾਲ ਤੁਹਾਨੂੰ ਅਪਡੇਟ ਕਰਾਂਗੇ। ਸ਼ੁਰੂਆਤ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਗੱਲ ਬਠਿੰਡਾ ਜੋਧਪੁਰ ਪੈਸੰਜਰ ਟ੍ਰੇਨ ਦੀ, ਜੋ ਹਾਦਸੇ ਦਾ ਸ਼ਿਕਾਰ ਹੋਈ ਹੈ। ਜੀ ਹਾਂ, ਰਾਤ 2:10 ਦੇ ਨੇੜੇ ਸੂਰਤਗੜ੍ਹ ਦੇ ਰਾਜੀਆਸਰ ਦੇ ਕੋਲ ਬਠਿੰਡਾ ਜੋਧਪੁਰ ਪੈਸੰਜਰ ਦੇ 4 ਡੱਬੇ, ਮਾਫ ਚਾਹੂੰਗਾ 6 ਡੱਬੇ ਲੀਹਾਂ ਤੋਂ ਲੱਥੇ ਨੇ, ਜਿਸ ਨਾਲ ਹਫੜਾ ਦਫੜੀ ਮੱਚ ਗਈ। ਹਾਦਸਾ ਅਰਜਨੂਸਰ ਅਤੇ ਰਾਜੀਸਰ ਦੇ ਵਿਚਾਲੇ ਰਾਤੀ ਤਕਰੀਬਨ 2:10 ਤੇ ਹੋਇਆ। ਹਾਦਸਾ ਹੁੰਦੇ ਹੀ ਹਫੜਾ ਦਫੜੀ ਮੱਚ ਗਈ। ਹਾਦਸੇ 'ਚ 10 ਲੋਕਾਂ ਦੇ ਜ਼ਖਮੀ ਹੋਣ ਦੀ ਇਤਲਾਹ ਮਿਲੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਅਤੇ ਰੇਲਵੇ ਦੀ ਰਾਹਤ ਟ੍ਰੇਨ ਮੌਕੇ ਦੇ ਲਈ ਰਵਾਨਾ ਹੋਈ ਹੈ। ਮਦਦ ਦੇ ਲਈ ਨੇੜੇ ਦੇ ਪਿੰਡਾਂ ਦੇ ਲੋਕ ਵੀ ਪਹੁੰਚੇ ਨੇ। ਜ਼ਖਮੀਆਂ ਨੂੰ ਰਾਜੀਆਸਰ ਅਤੇ ਸੂਰਤਗੜ੍ਹ ਦੇ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ। ਹਾਦਸੇ 'ਚ ਕਿਸੇ ਦੀ ਮੌਤ ਦੀ ਫਿਲਹਾਲ ਕੋਈ ਖਬਰ ਨਹੀਂ ਹੈ, ਜੋ ਰਾਹਤ ਦੀ ਗੱਲ ਹੈ। ਹਾਦਸੇ ਦੇ ਸਮੇਂ 0.5 ਕਿਲੋਮੀਟਰ ਤੱਕ ਰੇਲ ਦੀ ਜੋ ਪਟਰੀ ਹੈ ਉਹ ਵੀ ਉਖੜ ਗਈ। ਇਸ ਸਮੇਂ ਵੱਡੀ ਖਬਰ ਹੈ ਬਠਿੰਡਾ ਜੋਧਪੁਰ ਜੋ ਟ੍ਰੇਨ ਹੈ ਹਾਦਸੇ ਦਾ ਸ਼ਿਕਾਰ ਹੋਈ ਹੈ। ਵਧੇਰੇ ਜਾਣਕਾਰੀ ਦੇ ਲਈ ਸਿੱਧਾ ਰੁੱਖ ਕਰਦੇ ਹਾਂ ਜ਼ੀ ਮੀਡੀਆ ਪੱਤਰਕਾਰ ਸਾਡੇ ਨਾਲ ਜੁੜ ਰਹੇ ਨੇ ਸ਼੍ਰੀ ਗੰਗਾ ਨਗਰ ਤੋਂ ਕੁਲਦੀਪ ਗੋਇਲ। ਕੁਲਦੀਪ ਦਾ ਰੁੱਖ ਕਰਾਂਗੇ। ਕੁਲਦੀਪ, ਸਭ ਤੋਂ ਪਹਿਲੇ ਅਪਡੇਟ ਜਾਣਨਾ ਚਾਹੇਂਗੇ, ਇਸ ਸਮੇਂ ਹਾਲਾਤ ਕਿਆ ਹੈ ਔਰ ਰਾਹਤ ਕਾ ਜੋ ਕੰਮ ਹੈ ਕਿਆ ਉਹ ਕੰਪਲੀਟ ਹੋ ਚੁੱਕਾ ਹੈ ਜਾਂ ਅਭੀ ਵੀ ਜਾਰੀ ਹੈ? ਪੈਸੰਜਰਸ ਕੇ ਬਾਰੇ ਮੇਂ ਜਾਣਨਾ ਚਾਹੇਂਗੇ। ਜੀ, ਸਭ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਰਾਹਤ ਜੋ ਟ੍ਰੇਨ ਹੈ ਬੀਕਾਨੇਰ ਤੋਂ ਆਉਣੀ ਸੀ ਉਹ ਹਜੇ ਤੱਕ ਨਹੀਂ ਪਹੁੰਚੀ ਹੈ। ਟ੍ਰੈਕ ਜਾਮ ਹੋਣ ਦੇ ਕਰਕੇ ਲਗਭਗ 1 ਦਰਜਨ ਤੋਂ ਜ਼ਿਆਦਾ ਟ੍ਰੇਨਾਂ ਹੈ ਉਹ ਪ੍ਰਭਾਵਿਤ ਹੋਈਆਂ। ਅੱਜ ਇਹਨਾਂ ਟ੍ਰੇਨਾਂ ਦੇ ਵਿੱਚੋਂ ਲਗਭਗ ਅੱਧਾ ਦਰਜਨ ਟ੍ਰੇਨਾਂ ਦਾ ਰੂਟ ਬਦਲ ਦਿੱਤਾ ਗਿਆ ਹੈ ਤੇ ਅੱਧਾ ਦਰਜਨ ਟ੍ਰੇਨਾਂ ਹੈ ਉਹ ਰੱਦ ਕਰ ਦਿੱਤੀਆਂ ਗਈਆਂ ਹੈ। ਟ੍ਰੈਕ ਜੋ ਜਾਮ ਲੱਗਿਆ ਹੋਇਆ ਹੈ ਇਸ ਨੂੰ ਖੁੱਲਣ ਤੇ ਲਗਭਗ ਦੁਪਹਿਰ ਤੱਕ ਦਾ ਸਮਾਂ ਲੱਗਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਕੁਲਦੀਪ, ਜੇਕਰ ਹੁਣ ਤੱਕ ਇਹ ਕਨਫਰਮ ਹੋਇਆ ਹੋਵੇ ਕਿ ਜਿਹੜੇ ਮੁਸਾਫਰ ਜ਼ਖਮੀ ਹੋਏ ਨੇ ਉਹ ਕਿੱਥੋਂ ਦੇ ਸੀ, ਕਿਉਂਕਿ ਬਠਿੰਡਾ ਜੋਧਪੁਰ ਹੈ ਕਿ ਇਹ ਪੰਜਾਬ ਦੇ ਵੱਲੋਂ ਜਾ ਰਹੇ ਸੀ, ਕੁਝ ਕਲੀਅਰ ਹੋਇਆ ਹੋਵੇ ਹੁਣ ਤੱਕ? ਜੀ, ਇਸ ਬਾਰੇ ਹਜੇ ਤੱਕ ਕੁਝ ਵੀ ਕਲੀਅਰ ਨਹੀਂ ਹੋ ਪਾਇਆ ਹੈ ਕਿਉਂਕਿ ਸਰਦੀਆਂ ਦਾ ਟਾਈਮ ਹੋਣ ਕਰਕੇ ਜੋ ਦਿਨ ਹੈ ਉਹ ਹੋਰ ਜ਼ਿਆਦਾ ਦੇਰ ਤੱਕ ਨਿਕਲਦਾ ਹੈ। ਦੂਸਰਾ ਕੀ ਹੈ ਕਿ ਉਹਨਾਂ ਨੂੰ ਤੁਰੰਤ ਹੀ ਜੋ ਸੂਰਤਗੜ੍ਹ ਦੇ ਰਾਜੀਆਸਰ ਦੇ ਹਸਪਤਾਲਾਂ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਕਿਉਂਕਿ ਜਿਸ ਜਗ੍ਹਾ ਤੇ ਇਹ ਹਾਦਸਾ ਹੋਇਆ ਉਹ ਸੂਰਤਗੜ੍ਹ ਸਿਟੀ ਤੋਂ ਲਗਭਗ 35-40 ਕਿਲੋਮੀਟਰ ਦੂਰ ਹੈ। ਜਿਸ ਤਰ੍ਹਾਂ ਹੁਣ ਦਿਨ ਵੱਧ ਰਿਹਾ ਹੈ ਤੇ ਉਸੇ ਤਰ੍ਹਾਂ ਹੀ ਉਹਨਾਂ ਦੀ ਜੋ ਜਾਂਚ ਪੜਤਾਲ ਹੈ ਉਹ ਕੀਤੀ ਜਾਵੇਗੀ। ਇੱਕ ਹੋਰ ਅਪਡੇਟ ਚਾਹੂੰਗਾ ਕਿ ਜਿਹੜੇ ਟ੍ਰੇਨ ਦੇ ਵਿੱਚੋਂ ਸਾਰੇ ਮੁਸਾਫਰ ਕੱਢ ਲਏ ਗਏ ਨੇ ਕਿਉਂਕਿ ਰਾਹਤ ਤੇ ਬਚਾਅ ਦਾ ਕੰਮ ਜਾਰੀ ਹੈ, ਇਸ ਦੇ ਮੁਤਲਕ ਕੀ ਅਪਡੇਟ ਹੈ ਤੁਹਾਡੇ ਕੋਲ? ਜੀ ਬਿਲਕੁਲ, ਜੋ ਟ੍ਰੇਨ ਪਲਟੀ ਹੈ ਉਸ ਦੇ ਵਿੱਚੋਂ ਜੋ ਜੋ ਯਾਤਰੀ ਸੀ ਉਹ ਜਾਂ ਤਾਂ ਉਹਨਾਂ ਦੇ ਰਿਸ਼ਤੇਦਾਰ ਆ ਕੇ ਉਹਨਾਂ ਨੂੰ ਲੈ ਗਏ ਹੈ ਜਾਂ ਫਿਰ ਉਹਨਾਂ ਨੂੰ ਜੋ ਰੇਲਵੇ ਦੀ ਤਰਫੋਂ ਤੇ ਸਾਧਨਾਂ ਦਾ ਇੰਤਜ਼ਾਮ ਕਰਕੇ ਉਹਨਾਂ ਨੂੰ ਅਗਲੇ ਸਟੇਸ਼ਨ ਤੱਕ ਪਹੁੰਚਾ ਦਿੱਤਾ ਗਿਆ ਹੈ। ਵਜ੍ਹਾ ਸਾਫ ਹੋਈ ਹੈ ਟ੍ਰੇਨ ਦੇ ਹਾਦਸੇ ਦੀ? ਜੀ, ਰੇਲਵੇ ਦੇ ਅਧਿਕਾਰੀ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਰੇਲਵੇ ਦੇ ਅਧਿਕਾਰੀ ਕੋਈ ਵੀ ਬਿਆਨ ਦੇਣ ਤੋਂ ਬਚ ਰਹੇ ਹੈ ਲੇਕਿਨ ਸੰਭਾਵਨਾ ਇਹ ਜਤਾਈ ਜਾ ਰਹੀ ਹੈ ਕਿਉਂਕਿ 2 ਕਿਲੋਮੀਟਰ ਦੇ ਏਰੀਏ ਦੇ ਵਿੱਚ 3 RUV ਬਣੇ ਹੋਏ ਹੈ ਤਾਂ ਸੰਭਵਤ ਉਹਨਾਂ RUV ਕਰਕੇ ਹੀ ਇਹ ਜੋ ਹਾਦਸਾ ਹੈ ਉਹ ਸਾਹਮਣੇ ਆ ਪਾਇਆ ਹੈ। ਇੱਕ ਆਖਰੀ ਸਵਾਲ ਕੁਲਦੀਪ, ਇਹ ਟ੍ਰੇਨ ਬਠਿੰਡਾ ਤੋਂ ਜੋਧਪੁਰ ਜਾ ਰਹੀ ਸੀ ਜਾਂ ਵਾਪਸੀ ਜੋਧਪੁਰ ਤੋਂ ਬਠਿੰਡਾ ਆ ਰਹੀ ਸੀ, ਕੁਝ ਕਲੀਅਰ ਹੋਇਆ ਹੋਵੇ? ਜੀ, ਬਠਿੰਡਾ ਤੋਂ ਜੋਧਪੁਰ ਜਾ ਰਹੀ ਸੀ ਟ੍ਰੇਨ, ਉਸ ਦੌਰਾਨ ਰਾਤ ਨੂੰ 2:10 ਤੇ ਹਾਦਸਾ ਹੋਇਆ। ਸ਼ੁਕਰੀਆ ਕੁਲਦੀਪ ਤੁਹਾਡਾ ਇਸ ਪੂਰੀ ਜਾਣਕਾਰੀ ਦੇ ਲਈ। ਤਾਂ ਕੁਲਦੀਪ ਗੋਇਲ ਸਾਡੇ ਨਾਲ ਜੀ ਮੀਡੀਆ ਪੱਤਰਕਾਰ ਜੁੜੇ ਹੋਏ ਸਨ ਤੇ ਰਾਹਤ ਦੀ ਖਬਰ ਇਸ ਪੂਰੇ ਹਾਦਸੇ ਦੇ ਵਿੱਚ ਇਹੋ ਹੈ ਕਿ ਹਾਦਸੇ ਦੀ ਵਜ੍ਹਾ ਦੇ ਨਾਲ ਕਿਸੇ ਦੀ ਜਾਨ ਦੇ ਨੁਕਸਾਨ ਦੀ ਖਬਰ ਨਹੀਂ ਹੈ। ਹਾਲਾਂਕਿ ਰੇਲਵੇ ਟਰੈਕ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ ਅਤੇ ਉਸ ਤੋਂ ਬਾਅਦ ਤੁਹਾਨੂੰ ਇਹ ਵੀ ਦੱਸ ਦਈਏ ਕਿ ਕਈ ਟ੍ਰੇਨਾਂ ਨੂੰ ਰੱਦ ਵੀ ਕਰਨਾ ਪਿਆ। ਜਿਹੜੀ ਰਾਹਤ ਵਾਲੀ ਟ੍ਰੇਨ ਹੈ ਉਹ ਮੌਕੇ 'ਤੇ ਫਿਲਹਾਲ ਨਹੀਂ ਪਹੁੰਚੀ ਹੈ, ਜਿਸ ਤਰ੍ਹਾਂ ਨਾਲ ਸਾਡੇ ਸਹਿਯੋਗੀ ਦੱਸ ਰਹੇ ਸੀ, ਪਰ 10 ਮੁਸਾਫਰ ਜ਼ਖਮੀ ਜ਼ਰੂਰ ਹੋਏ ਨੇ। ਬਠਿੰਡਾ ਤੋਂ ਜੋਧਪੁਰ ਇਹ ਟ੍ਰੇਨ ਜਾ ਰਹੀ ਸੀ। ਬਿਲਕੁਲ ਵੀ ਕੋਈ ਪੈਨਿਕ ਵਾਲੀ, ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈ ਕਿਉਂਕਿ ਕਿਸੇ ਤਰ੍ਹਾਂ ਦੇ ਮੁਸਾਫਰਾਂ ਦੇ ਇਸ ਦੇ ਵਿੱਚ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ। ਹਾਲਾਂਕਿ ਰੂਟ ਜ਼ਰੂਰ ਪ੍ਰਭਾਵਿਤ ਹੋਇਆ, ਲੋਕਾਂ ਨੂੰ ਦਿੱਕਤ ਜ਼ਰੂਰ ਹੋਵੇਗੀ, ਪਰ ਇਹ ਪੂਰੇ ਹਾਦਸੇ ਦੇ ਵਿੱਚ ਜਿਹੜੇ ਪੈਸੰਜਰ ਨੇ ਉਹਨਾਂ ਨੂੰ ਹਸਪਤਾਲਾਂ ਦੇ ਵਿੱਚ ਭਰਤੀ ਕਰਵਾਇਆ ਗਿਆ ਅਤੇ 10 ਜਿਹੜੇ ਪੈਸੰਜਰ ਨੇ ਉਹ ਜ਼ਖਮੀ ਹੋਏ।